ਵੀ ਸਾਡਾ ਵੀਰ ਹੈ ਲਓ ਪਹਿਲੀ ਰੇਡ ਕਿਹਦੇ ਰੂਸੀ ਰਾਣੀ ਵਾਲਾ ਵੀ ਧਰਤੀ ਦਾ ਚੱਲਿਆ ਪਾਉਣ ਦੇ ਲਈ ਇੱਕ ਪਾਸੇ ਕਿਹਦੇ ਬਲੂਕ ਅਲੀ ਹੈ ਨਾਲ ਕਿਹਦੇ ਗੁਰਦਿੱਤਾ ਹੈ ਮੈਲਾ ਬਗਿਆੜ ਤੇ ਆ ਟੋਟੀਆਂ ਵਾਲਾ ਪਾਕਾ ਕਹਿੰਦੇ ਕਰਦਾ ਟ੍ਰਾਈ ਦੇ ਨੰਬਰ ਜਿਹੜਾ ਉਹ ਰੋਡਵੇਸ ਜੁੜਦਾ ਹੋਇਆ ਅਗਲੀ ਰੇਡ ਸਿੰਮੂ ਦੀ ਤੇ ਬੂਟਾ ਉਮਰੀ ਵਾਲਾ ਜੀ ਕਰਨਗੇ ਗੱਲ ਮੁੰਡੇ ਦੀ ਲਓ ਕਹਿੰਦੇ ਸਿੰਮੂ ਕੰਗ ਕੱਲੇ ਵਾਲਾ ਕਬੱਡੀ ਪਾਵੇਗਾ ਫੇਰ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨ ਪਾਵੇ ਗੱਭਰੂਆ ਗੁਰ ਕਬੱਡੀ ਜੱਗਾ ਚਿੱਟੀ ਤਿਆਰ ਹੈ ਕਹਿੰਦੇ ਪੱਧਰੀ ਵਾਲਾ ਰਾਜਾ ਤੇਜਾ ਸਿੰਘ ਵਾਲੇ ਦੇ ਗੋਪੀ ਦੇ ਦੋ ਜੱਫੇ 500 ਦੇ ਲਾਲੀ ਸਿੱਧੂ ਜੁਗਾ ਸਿੱਧੂ ਪ੍ਰਭ ਤਾਲੀਬਾਨ ਬੱਲੇ 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 ਬਾਹਵੇ ਗੱਭਰੂਆ ਤੋਲਦਾ ਮੰਡੀ ਕਰਦੇ ਕੰਡੇ ਵਾਲੋਂ ਆਉ ਲੱਗ ਗਿਆ ਜੱਫਾ ਅਗਲੀ ਰੇਡ ਕਹਿੰਦੇ ਪੱਟੀ ਦਾ ਗੁਰਜੀਤ ਹੋ ਗੁਰਜੀਤ ਕਹਿੰਦੇ ਪੱਟੀ ਵਾਲਾ ਕਬੱਡੀ ਪਾ ਰਿਹਾ ਹੈ ਉਧਰ ਫਰਿਆਦ ਸ਼ੰਕਰਪੁਰੀ ਨੂੰ ਬੇਨਤੀ ਆਏ ਵੀ ਇਹਦਾ ਸਨਮਾਨ ਕੀਤਾ ਜਾਣਾ ਉਸ ਦੇ ਉਦੇ ਨੇੜੇ ਆ ਜਾਵੇ ਆ ਕਹਿੰਦੇ ਟੈਲਾ ਬਗਿਆੜ ਟੈਲਾ ਬਗਿਆੜ ਕਹਿੰਦੇ ਸੁੱਚਾ ਸਿੰਘ ਭੁੱਲਰ ਦਾ ਪੁੱਤਰ ਜੋਗੇ ਵਾਲੀਆ ਕਹਿੰਦੇ ਚਿੱਬ ਕੱਢ ਗਿਆ ਚਿੱਬ ਕੱਢ ਕੇ ਫੱਟੇ ਚ ਗੱਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਕ ਦਾ ਵੀ ਸਿਰਾ ਹੋ ਗਿਆ ਅੱਜ ਝੜਕੀ ਸ਼ਰੀਰਾਂ ਵਾਲੀ ਕੰਡ ਮਿੱਤਰੋ ਲਓ ਰੇਡ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪੈ ਰਹੀ ਹੈ ਉਧਰ ਸੋਢੀ ਕਹਿੰਦੇ ਤਿਆਰ ਹੈ ਆਓ ਰਤਨਗੜੀਆ ਦੇ ਵੱਡੇ ਵੱਡਿਆਂ ਨੂੰ ਛੱਡਦਾ ਰਤਨਗੜੀਆ ਦੇ ਕਹਿੰਦੇ ਅੱਜ ਪੁੱਠੇ ਹੀ ਕਰੀ ਆਉਂਦਾ ਆਓ ਸੋਢੀਏ ਕਹਿੰਦੇ ਰਤਨਗੜ ਦੀ ਧਰਤੀ ਦਾ ਜਿਹਨੇ ਲਾ ਤਕੜਾ ਜੱਸਾ ਨੰਬਰ ਜ਼ੋਰ ਦਿੱਤਾ ਇਹਨੂੰ ਕਹਿੰਦੇ ਆ ਵੰਜ ਬਰਾਬਰੀ ਕਰਤਾ ਮਿੱਤਰੋ ਵੰਜ ਬਰਾਬਰੀ ਕਰਤਾ ਆ ਹੁੰਦੀ ਆ ਕਬੱਡੀ ਆ ਹੁੰਦਾ ਕਬੱਡੀ ਦਾ ਸਵਾਦ ਇਧਰਲੇ ਬੰਨੇ ਨੌਜਵਾਨ ਵੀਰ ਪੱਟੀ ਸ਼ਹਿਰ ਦੀ ਧਰਤੀ ਦਾ ਆ ਮਲੂਕ ਆ ਬੱਲੇ 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 ਅੱਲਾਹੂ 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 ਆ ਸਵਾਦ ਜਮਾਲਪੁਰੀਆ ਵੀ ਕਹਿੰਦੇ ਦਰਬਾਰ ਦਾ ਸੱਚਾ ਸੇਵਕ ਹੈ ਮੇਰੇ ਕਹਿੰਦੇ ਪ੍ਰਮਾਤਮਾ ਦੇ ਜਿਹੜੇ ਸੱਚੇ ਭਗਤ ਹੈ ਬਾਬਾ ਜੀ ਨੇ ਵੀ ਕਹਿੰਦੇ ਬੜਾ ਕੁਝ ਦਿੱਤਾ ਹੈ ਜਿਵੇਂ ਗੁਰਜੀਤ ਨੇ ਕਹਿੰਦੇ ਸੱਚੇ ਮਨੋਂ ਮੱਥਾ ਟੇਕਿਆ ਵੇ ਤੇ ਰੱਬ ਨੇ ਲੁਕੋਇਆ ਕੁਝ ਵੀ ਭਾਲੋ ਭਲਵਾਨ ਦੀਆਂ ਗੱਲਾਂ ਚੱਲੀਆਂ ਆਓ ਸਾਹਮਣੇ ਕਹਿੰਦੇ ਬਲਜੀਤ ਇੱਕ ਵਧੀਆ ਨੰਬਰ ਮੁੰਡਾ ਆਪਣੀ ਟੀਮ ਦੇ ਲਈ ਜੋੜਦਾ ਆ ਖੇਡ ਦੇ ਮੈਦਾਨ ਦੇ ਵਿੱਚ ਆ ਕਹਿੰਦੇ ਗੁਰਲਾਲ ਲੈ ਵੀ ਗੁਰਦਿੱਤ ਕਹਿੰਦੇ ਟੱਕਰ ਤੇਰੀ 16 ਵਾਲੇ ਨਾਲ ਹੋ ਜੇ ਨਾ ਸੌ ਰੱਬ ਦੀ ਬਿਨਾ ਢੋਲ ਤੋਂ ਭੰਗੜਾ ਪੈ ਜਾਊਗਾ ਸੌ ਰੱਬ ਦੀ ਬਿਨਾ ਢੋਲ ਤੋਂ ਭੰਗੜਾ ਪੈ ਜਾਊਗਾ ਗੁਰਦਿੱਤ ਹਰ ਤਿਆਰੀ ਮੁੰਡਿਆ 16 ਵਾਲਾ ਵੀ ਦੁਨੀਆ ਦਾ ਸੁਪਰ ਹੈ ਤੂੰ ਵੀ ਦੁਨੀਆ ਦਾ ਸੁਪਰ ਹੈ ਸੰਗਤ ਪਿਆਰ ਆਹ ਮੈਲਾ ਬਗਿਆੜ ਵੀ ਲੱਗਦਾ ਟੁੱਟ ਟੁੱਟ ਕੇ ਪਰ ਪੁਆਇੰਟ 16 ਵਾਲੇ ਗੁਰਲਾਲ ਨੇ ਆਪਣੀ ਟੀਮ ਵਿੱਚ ਜੋੜ ਦਿੱਤਾ ਅਮਰੀਕ ਸਿੰਘ ਕਰ ਗੱਲ ਪੈਂਦੀ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਹੈਪੀ ਦੇ ਚਰਚੇ ਜਿਵੇਂ ਖੋਜੀ ਵਾਲੀਏ ਕਹਿੰਦੇ ਮੁੰਡੇ ਨੇ ਕਬੱਡੀਆਂ ਪਾਈਆਂ ਕਿਤੇ ਚੋਲੇ ਵਾਲੇ ਕਹਿੰਦੇ ਪਿੱਲੇ ਨੇ ਕਬੱਡੀਆਂ ਪਾਈਆਂ ਲਓ ਰੇਡ ਕਹਿੰਦੇ ਪੈ ਰਹੀ ਹੈ ਉਧਰ 16 ਵਾਲੇ ਗੁਰਲਾਲ ਦਾ ਵੀ ਕਹਿੰਦੇ ਸਿੱਕਾ ਚੱਲਦਾ ਹੈ ਆਓ ਸਾਹਮਣੇ ਪੱਧਰੀ ਵਾਲਾ ਰਾਜਾ ਮੇਰੇ ਮਿੱਤਰੋ ਆਓ ਕਰਦਾ ਟਾਈ ਪੈ ਗਈਆਂ ਜੱਫੀਆਂ ਜਿਵੇਂ ਏਅਰਪੋਰਟ ਤੇ ਤੜਮੜੀਆਂ ਮਿਲਦੀਆਂ ਉਹ ਰਾਜਾ ਕਹਿੰਦੇ ਪੱਧਰੀ ਵਾਲਾ ਲਓ ਤਾਪੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਗੁਰਦੁਰਤਾ ਨਾਲ ਕਹਿੰਦੇ ਕੁੱਕੂ ਵਰਗਿਆਂ ਦੇ ਚਰਚੇ ਪਰ ਪਹਿਲੇ ਵਿਚਾਰ ਵਿੱਚ ਕਹਿੰਦੇ ਕਾਕੇ ਵਰਗਿਆਂ ਦੇ ਅੜੇ ਗੱਡੇ ਗੱਡੇ ਆ ਲਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਡੇਲਾ ਬਗਿਆੜ ਤਿਆਰ ਹੈ ਇੱਧਰ ਸਾਡੇ ਕਹਿੰਦੇ ਹਾਰ ਕੇ ਵੀ ਉੱਧਰ ਸਾਡੇ ਮਾਸਟਰ ਜੀ ਇੱਧਰ ਪਾਲ ਮੋਗਾ ਜੀ ਧੰਨਵਾਦ ਆਓ ਸਾਹਮਣੇ ਦੇਖਾਂਗੇ ਪੈਂਦੀ ਕਬੱਡੀ ਦੇ ਨੰਬਰੇ ਤਾਬਿਆ ਇੱਕ ਗੱਲ ਆਖਾਂ ਕਾਕੇ ਤੋਂ ਬਚਿਆ ਰਹੀ ਤੈਨੂੰ ਤੰਗ ਕਰੂ ਤੈਨੂੰ ਤੰਗ ਕਰੂਗਾ ਬਚਿਆ ਰਹੀ ਇਹ ਬੜਾ ਦਾਈ ਜਾਫੀ ਹੈ ਥੋੜਾ ਬਚ ਕੇ ਰਹੀ ਮਿੱਤਰਾ ਲਓ ਕਬੱਡੀ ਪੈ ਗਈ ਰਾਜਾਂ ਵਾਲੀ ਇਹ ਸੁਖੇ ਦੀ ਸਰਦਾਰ ਜੀ ਪਰਿਵਾਰ ਉਹ ਜੱਗਾ ਚਿੱਟੀ ਵਾਲਾ ਕਬੱਡੀ ਦਾ ਚੇਤਕ ਜਾਫੀ ਇਸ ਵੇਲੇ ਮੁਕਾਬਲਾ ਹੋ ਗਿਆ ਮਿੱਤਰੋ ਆਓ ਪੁਆਇੰਟ ਰਾਜਾਂ ਵਾਲੀਆ ਸੁਖਾ ਅਗਲੀ ਰੇਡ ਰੂਸੀ ਰਾਣੀ ਬਣਾਉਣ ਦੀ ਧਰਤੀ ਦਾ ਉਜਾਗਰ ਸਿੰਘ ਦਾ ਪੁੱਤਰ ਇਸ ਸਮੇਂ ਕਬੱਡੀ ਪਾਉਣ ਲਈ ਵਧਾਇਆ ਚਾਰ ਜਾਫੀ ਤਿਆਰ ਨੇ ਨੈਲਾ ਤਿਆਰ ਲਵੀ ਗੁਰਦਿੱਤ ਦੁਨੀਆ ਜੱਫਿਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਤੇਰਾ ਕੁੱਕੂ ਦਰਾਜ ਕੇ ਭਰਬਾਣ ਕੇ ਪਿੰਡ ਵਾਲਾ ਚਾਰ ਜਾਫੀਆਂ ਦੇ ਵਿਚਕਾਰ ਪੈਂਦੀ ਫਿਰ ਰੇਡ ਕਬੱਡੀ ਦਾ ਟਾਰ ਜਣੇ ਆਓ ਗੁਰਦਿੱਤ ਬੱਲੇ 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 ਆਓ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਹੋ ਗਈ ਆ ਆਓ ਕਹਿੰਦੇ ਗੁਰਦਿੱਤੋਂ ਦੀ ਮੱਖਣ ਹੋਈ ਇਹ ਕਹਿੰਦੇ ਕੈਨੇਡਾ ਇੱਕੇ ਟੀਮ ਵੱਲੋਂ ਖੇਡਿਆ ਲੈ ਸਾਹਮਣੇ ਕਹਿੰਦੇ ਜੀਵਨ ਦੀ
ਕਬੱਡੀ ਪੈ ਰਹੀ ਹੈ ਇਹਦਾ ਧੜਕਾ ਪੈਂਦਾ ਹੈ ਰਤਨਗੜੀਆ ਸੋਢੀ ਕਹਿੰਦੇ ਪਿਆਰ ਨਾਲ ਕਹਿੰਦੇ ਚੱਗਾ ਟੁੱਟੀ ਵਾਲਾ ਨਾਲ ਕੋਪੀ ਆਏ ਬਰਬਰ ਕਹਿੰਦੇ ਸੋਢੀ ਦੇ ਜੀਵਨ ਦੇ ਦਰਮਿਆਨ ਕਹਿੰਦੇ ਮੁਕਾਬਲਾ ਮੇਰੇ ਮਿੱਤਰੋ ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਮਹਾਂਪੁਰਸ਼ੋ ਅੱਜ ਤਾਂ ਮੇਲਾ ਸ਼ਾਇਦ ਉਹ ਮੁੰਡਾ ਲੁੱਟ ਜਾਵੇ ਜਿਹੜਾ ਹੁਣ ਕਬੱਡੀ ਪਾ ਕੇ ਆਇਆ ਜੇ ਤਹਾਰ ਰੱਬ ਦੇ ਵੱਸ ਹੈ ਪਰ ਜਿੱਥੇ ਜੀਵਨ ਖੇਡਦਾ ਮੱਲੀ ਸਾਹਿਬ ਐਨ ਸਵਾਦ ਲਿਆ ਦਿੰਦਾ ਲਓ ਗੁਰਜੀਤ ਅਸਮੇ ਕਬੱਡੀ ਪਾ ਕੇ ਵਾਪਸ ਕਰਦਾ ਆਇਆ ਸੋਹਣੀਆਂ ਰੇਡਾਂ ਲੈ ਵੀ ਜੀਵਨ ਦੁਨੀਆ ਤੈਨੂੰ ਵੀ ਬਹੁਤ ਪਿਆਰ ਕਰਦੀ ਹੈ ਇੱਕ ਮਾਣੋ ਕੇ ਦਾ ਜੀਵਨ ਦੁਨੀਆ ਅਜੂਬੇ ਦੇ ਤੌਰ ਤੇ ਜਾਣਦੀ ਹੈ ਲਓ ਸਾਹਮਣੇ ਕਹਿੰਦੇ ਫਤਿਹਾਬਾਦੀ ਕੰਮੋਂ ਦਾ ਤਰਾਸ਼ਿਆ ਹੋਇਆ ਖਿਡਾਰੀ ਕਬੱਡੀ ਪਾ ਰਿਹਾ ਮਿਹਨਤ ਕਰਨੀ ਪੈਂਦੀ ਹੈ ਉਸਤਾਦ ਧਾਰਨੇ ਪੈਂਦੇ ਆ ਫਿਰ ਜਾ ਕੇ ਮੰਜਲਾ ਸਰ ਹੁੰਦੀ ਹੈ ਚਿੱਟੀ ਵਾਲਾ ਪਿਆਰ ਪੱਧਰੀ ਦਾ ਰਾਜਾ ਵੀਰ ਵੀਰ ਕੇ ਲੱਤੀ ਵੜਦਾ ਵੀਰ ਵੀਰ ਕੇ ਲੱਤੀ ਵੜਦਾ ਪੁਆਇੰਟ ਰੇਡਰ ਦਾ ਦੇਖੇ ਗੁਰਦਿੱਤ ਢੇਰੀਆਂ ਤੋਂ ਤਾਂ ਤੁਰ ਪਿਆ ਜਿਹਦਾ ਕੱਦ ਕਹਿੰਦੇ ਸਵਾ ਛੇ ਫੁੱਟ ਹੈ ਇਹਨੂੰ 16 ਦਾ ਗੁਰਲਾਲ ਕਹਿੰਦੇ ਗੁਰਲਾਲ ਕਹਿੰਦੇ ਆ ਗੁਰਲਾਲ ਕਹਿੰਦੇ ਆ ਰਾਣੀ ਨੇ ਬੜਾ ਸੋਹਣਾ ਲਿਖਿਆ ਗੁਰਲਾਲ ਦੇ ਲਈ ਕਿ ਲੰਬੀਆਂ ਲੰਬੀਆਂ ਲਾਂਘਾਂ ਭਰਦਾ ਲਾਂਘਾਂ ਤੇ ਸਿੰਘ ਪੁਰੀਆਂ ਮਰਦਾ ਬਾਕੀ ਰਾਣੀ ਨੇ ਕਹਿੰਦੇ ਗੱਲ ਕੀਤੀ ਦੱਸ ਕੇ ਵੀਰੇ ਤੌਰ ਚਾਹੁੰਦਾ ਵੀ ਗੁਰਦਿੱਤ ਦੀ ਟੱਕਰ ਹੋਵੇ ਹੱਟ ਪਾਸੇ ਪਰ ਜਿਹੜੀਆਂ ਬਲਬਾਦ ਬੋਂਦਲਾਂ ਖੜੀਆਂ ਕਰ ਗਿਆ ਨਾ ਉਹਨੇ ਟੋਪ ਦਾ ਪਟਾਕਾ ਹੀ ਪਾਤਾ ਨਹੀਂ ਤਾਂ ਪੰਪ ਮਾਨ ਸਾਹਿਬ ਲੱਗ ਗਿਆ ਸੀ ਤੇ ਖੜਕਾ ਦੜਕਾ ਹੋਣ ਲੱਗਾ ਸੀਗਾ ਲੈ ਵੀ ਮੰਨੋ ਦੀ ਕਰਮ ਰੀਸਿਆ ਗੱਲ ਕਰੀ ਬੜਾ ਰਹੀ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਡਾਕਟਰ ਧਾਰੀਵਾਲ ਕਹਿੰਦਾ ਵੀ 27 ਤਰੀਕ ਨੂੰ ਘਾੜ ਕੇ ਰੌਣਕਾਂ ਲੱਗਣੀਆਂ ਵੱਡਾ ਵੇਲਾ ਹੋਵੇਗਾ ਪਰ ਮਨੂ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਜਾਸੀ ਕਹਿੰਦੇ ਚਾਰ ਪੱਟਾਂ ਦੇ ਥਾਪੀਆਂ ਮਾਰਦੇ ਆ ਉਹ ਬੱਲੇ ਬੱਲੇ ਕਿਹੜੇ ਗੱਭਰੂ ਨੇ ਕਰਵਾਉਣੀ ਹੈ ਗੱਲ ਕਿਹਨੇ ਟਿਕਾਣੇ ਲਾਉਣੀ ਹੈ ਇਹ ਸਿਲਸਿਲੇ ਹਾਲਾਤਾਂ ਦੇ ਕਰ ਰਹੇ ਹੈ ਇਹ ਸਿਲਸਿਲੇ ਸਮੇਂ ਦੇ ਕਰ ਰਹੇ ਹੈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਭੇਟ ਚਿੱਟੇ ਦੀ ਚੜਾਪਾ ਸ਼ਰੀ ਪੁੱਤ ਨੇ ਕਿ ਕੜਾ ਲੱਭੇਗਾ ਸੁੱਖਾਂ ਵਾਲੀ ਟੂਬ ਚ ਖੈਰ ਸੁੱਖ ਦੇ ਸੁਕੇਤ ਨਹੀਂ ਇਹ ਜਾਪ ਦੇ ਇਹ ਲੰਬੇ ਹੈੱਡ ਫੋਨ ਦੂ ਦੇ ਜਾਪ ਰੂਪ ਚ ਪਤਾ ਨਹੀਂ ਕੋਈ ਸ਼ਰਮ ਕਿੰਨੇ ਤੰਗ ਦੀ ਮੁੰਡਾ ਅੱਕੇ ਆਉਣਾ ਕਿਤੇ ਮੋਲੋ ਪੀਜਲੇ ਰੱਬ ਨੂੰ ਚਲਾ ਕੇ ਪੀੜੀ ਚਾਰ ਦੀ ਉਹ ਲੱਡੂ ਭਾਈਆ ਲੈ ਕੇ ਢਾਲਦੀ ਆ ਬੀਜਲੇ ਰੱਬ ਨੂੰ ਚਲਾ ਕੇ ਪੀੜੀ ਚਾਰ ਦੀ ਲੱਡੂ ਭਾਈਆ ਦੇ ਕੇ ਭਾਵਦੀ ਆ ਬੀਜੇ ਇੱਥੇ ਮਿਹਨਤ ਕਰਨੀ ਪੈਣੀ ਹੈ ਦਲਵਾ ਕੇ ਤਾਂ ਸੱਚੇ ਵੱਲੋਂ ਗੋਡੇ ਰਗੜਨੇ ਪੈਣੇ ਆ ਇੱਥੇ ਸੱਚੇ ਵੱਲੋਂ ਗੋਡੇ ਰਗੜਨੇ ਪੈਣੇ ਆ ਲਓ ਕਹਿੰਦੇ ਬਲਜੀਤ ਕਬੱਡੀ ਪਾ ਰਿਹਾ ਬੂਟੇ ਕਰ ਗਏ ਨੇ ਮੁੰਡੇ ਲਓ ਬਲਜੀਤ ਦੀ ਰੇਡ ਕਬੱਡੀ ਦੇ ਮੈਦਾਨ ਵਿੱਚ ਪੈ ਗਈ ਹੈ ਚਿੱਟੀ ਵਾਲਾ ਵੀ ਤਿਆਰ ਹੈ ਲਓ ਤੇਜਾ ਸਿੰਘ ਵਾਲੇ ਗੋਪੀ ਦਾ ਜੇ ਦੂਜਾ ਜਫਾ ਲੱਗ ਜਾਂਦਾ ਹੈ ਪ੍ਰਭ ਧਾਲੀਵਾਲ ਤੇ ਜੁਗਾ ਸਿੱਧੂ ਨਾਲ ਸਾਡਾ ਲਾਲੀ ਸਿੱਧੂ ਜੀ 500 ਦੇਣਗੇ ਇਸ ਜਫੇ ਦਾ ਇਹ ਮਾਨ ਸਨਮਾਨ ਹੈ ਨੀਤਾਂ ਨੂੰ ਮੁਰਾਦਾਂ ਲਓ ਸਾਹਮਣੇ ਆਪਣੇ ਆਪ ਮਿਲ ਜਾਂਦੀਆਂ ਰੱਬ ਆਪੇ ਤਖਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਮੀਤ ਕੁੜੇ ਔਰ ਉਹਨਾਂ ਘਰਾਂ ਦੀ ਗਰੀਬੀ ਚੱਕ ਦਿੱਤੀ ਜਿਹਨਾਂ ਕੌਡੀ ਨਾ ਪਾਲੀ ਫਰੀਦਕੋਟ ਲਾਓ ਸਾਹਮਣੇ ਉਧਰਲੇ ਬੰਨੇ ਮਾਤਾ ਸਰਬਜੀਤ ਕੌਰ ਜੀ ਗੱਦੀ ਨਸ਼ੀਨ ਔਰ ਵੱਡੇ ਆਸ਼ੀਰਵਾਦ ਵੱਡੇ ਪਿਆਰ ਸਤਿਕਾਰ ਇਹਨਾਂ ਬੋਲਾਂ ਦੇ ਲਈ ਬੋਲੇ ਕਰਦੇ ਹੈਪੀ ਦੀ ਰੇਡ ਅਮਰੀਕ ਸਿੰਘ ਚਾਕੋ ਮਿੱਤਰਾ ਮਾਈਕ ਹੈਪੀ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਹਾਂਪੁਰਸ਼ਾਂ ਵੱਲੋਂ ਕਹਿੰਦੇ ਬਹੁਤ ਵੱਡਾ ਪਿਆਰ ਆਇਆ ਬਹੁਤ ਵੱਡਾ ਪਿਆਰ ਆਇਆ ਮਹਾਂਪੁਰਸ਼ਾਂ ਵੱਲੋਂ ਵੱਡਾ ਆਸ਼ੀਰਵਾਦ ਆਏ ਦੋਨੋਂ ਪੁਰਾਣੇ ਦੇ ਲਈ ਇੱਕ ਬਹੁਤ ਵੱਡਾ ਆਸ਼ੀਰਵਾਦ ਹੈ ਰੇਡ 1100 ਦੀ ਜੇ ਗੁਰਦਿੱਤ ਜਫਾ ਲਾਵੇ ਗੁਰਦਿੱਤ ਨੂੰ ਬੋਤਲੇ ਬੰਨੇ ਗੁਰਜੀਤ ਪੱਟੀ ਵਾਲੇ ਦੀਆਂ ਹਾਏ ਰੱਬਾ ਮੇਰਿਆ 5-7 ਖੋਖੇ ਰੇਡ ਤੇ ਵਿੱਚ ਪੱਗਾਂ ਵਾਲਾ ਬੋਤਲ ਲਾਈ ਗੁਰਜੀਤ ਦੇ ਥੱਲੇ ਕਈ ਕੁਝ ਆ ਗਿਆ ਉਧਰਲੇ ਪਾਸੇ ਇਹ ਜਫਾ 1100 ਦਾ ਸੀਗਾ ਮਾਂ ਸਰਬਜੀਤ ਕੌਰ ਜੀ ਉਹਨਾਂ ਨੇ ਕਹਿੰਦੇ ਵੀ ਤਿੰਨਾਂ ਰੇਡਾਂ ਦੇ 1100 ਲਾਇਆ ਆ ਮੁੰਡੇ ਦੀ ਖੇਡ ਕਿਨੂੰ ਕਿਨੂੰ ਵਧੀਆ ਲੱਗਦੀ ਕਿ ਤਾੜੀ ਮਾਰੋ ਇਸ ਮੁੰਡੇ ਲਈ ਬਾਹ ਜੀਵਨ ਹੈ ਇਹ ਸਧਾਰਨ ਜੇ ਪਰਿਵਾਰ ਦਾ ਮੁੰਡਾ ਹੈ ਜਿੱਥੇ ਕਬੱਡੀ ਖੇਡਦਾ ਬੜਾ ਲਚਕੀਲਾ ਬੜਾ ਤੇਜ ਹੱਟ ਪਾਸੇ ਆਉ ਗਿਆ ਜੀਵਨ ਆਉ ਗਿਆ ਜੀਵਨ ਆਉ ਗਿਆ ਜੀਵਨ ਆਉ ਗਿਆ ਆਉ ਗਿਆ ਜੀਵਨ ਆਉ ਗਿਆ ਜੀਵਨ ਆਉ ਗਿਆ ਜੀਵਨ ਆਉ ਕਹਿੰਦੇ ਇਸ ਵੇਲੇ ਜਮਾਲਪੁਰੀਆ ਕਬੱਡੀ ਪਾ ਰਿਹਾ ਹੈ ਜਮਾਲਪੁਰੀਆ ਵੀ ਕਹਿੰਦੇ ਕਬੱਡੀ ਹੈ ਪਿਆਰ ਇਹਦਾ ਪੱਟੀ ਵਾਲੇ ਗੁਰਜੀਤ ਦੇ ਨਾਲ ਹੈ ਦੁਬਲੀ ਵਾਲੇ ਭਾਲੇ ਭਲਵਾਨ ਦੇ ਨਾਲ ਪਰ ਗੁਰਦਿੱਤ ਗੁਰਦਿੱਤ ਕਹਿੰਦੇ ਟਾਰਜ ਵਾਸ ਕਬੱਡੀ ਉਹ ਸਾਹਮਣੇ ਕਰਦਾ ਟਾਈ ਉਹ ਲੱਗਦਾ ਜੋਰ ਦੇ ਨੰਬਰ ਉਹ ਨੰਬਰ ਨੰਬਰ ਹੋ ਗਈ ਮਿੱਤਰੋ ਬੱਲੇ ਬੱਲੇ ਬੱਲੇ
आशीर्वाद माता सरबजीत कौर जी गद्दी नशीन साडे माता जी मान सम्मान पैदा करते हैं। लाओ रेड कहिंदे सिमो कंग कल्ले वाले टिट्टी वाले तैयारी फड़ लाओ उधर लो बन्ने दो दो इधर लो बन्ने कबड्डी गुरलाल दी पै रही है। एक भाई कहना किड्डी बाहे मूहरले पासे हाथ लगा है, यह गल सच्ची है। कहते उच्चा लम्मा पादा मुंडे दा रेड किवें पै रही है। लै भी अमरीक एक जफा लग गया पट्टी वाले गुरजीत ते तीन रेडा के उपर हो 1100 ला दिता महापुरशा ने। आओ 16 वाला कहते लैंड पाता मेले ने, 16 वाला कहते लैंड पाता मेले ने। हां भी फतेह वादी है। हां ताके दा 1100 डीपी साहब जी को होया जी प्राप्त कर लो। लाओ मन्नू दी रेड बाबी गुरजीत तीन रेडा होर जे पैण गया 1100 दिता जाएगा। सिंह फस गए कुंडियां दे मित्रा बह जा गोडी लागे गुड़िया पहुंची होई है पूरे नेड़े हुक हमा के रतनगढ़िया सोती आए मलिया दा झाफा है पुठे सिद्धे दाल आ गए चार दा पट्टा पाए कहिंदे सोधी रतनगढ़िया बहुत कमाल कर रहे मेरे मित्रों। मनु नूं पता नहीं लगता भी ढेरिया किधरले पासे है। रतनगढ़िए ने कहिंदे चक्के जा विकर दिते है, रतनगढ़िए ने चक्के जा विकर दिते है। जाम करते हैं मित्रा ताबा सुर संगिया थोड़ा थोड़ा जे स्पेर खिलाड़ी ने कृपा करके थोड़ा पिछे हो जाएंगे। बहुत बहुत धन्यवाद है सारे वीरों का। और कुंडिया दे सिंह साना वाला भेड़ अद्धे क पॉइंट दा फर्क है, के साहब अद्धे क पॉइंट दा फर्क है। लाओ कबड्डी पैगी मैदान दे विच ताता सुर सिंह दी धरती दा इस समय कबड्डी पा रहा है। चारे गबरू तैयार ने कहिंदे इधरले बन्ने माझा खालसा फतेहाबाद दी टीम। हल्का जिहा टच करके ओह ताबा भज्जिया आउंदा है, हल्का जिहा टच करके ओह ताबा भज्जिया आउंदा है। साडा सोनी भी रिजुआसे तखू चक दी धरती है। और 27 जून दे सदे है बलजीत दी पाई रेड दे अमरीक सिंह कर गल है। बलजीत कहंदे रेड पाउण दे लई बढ़िया होया है। आ चिट्टी वाला कहंदे मपोदर दे नेड़े नेड़े चल के आया है पर नंबर कहंदे रेडर दे उस जुड़दा होया है। राणी बला दा रूसी है मैं भी मक्खण दी आ मुंडा भी कितने प्रगट दी निगाह चढ़ गया ने ते परमात्मा दी कृपा दे नाल कहंदे आस्ट्रेलिया दे होणी है। प्रगट ने कहंदे अगले वेले दे जरूर है शेरे पंजाब वाला भरा सा प्रगट गिल वो भी कहते जुलाई के महीने अगले वेले में जरूर पुजेगा। आओ सामने देख रहे हैं उधर मेला बघियार पर रूसी तो उस्ताद जी रूसी है। लवी रूसी रेडा बहुत तगड़िया नौजवान मैदानों के विच है। कलवंत सिंह जी साढ़े घीटो साहब लखा भलवान जी चोला साहब सारे का धन्नवाद है। हैप्पी दी पाई हुई कबड्डी है जे अगे चिट्टी वाल ने पहले मैच में बहुत जफे लाए है। लाओ फड़िया होया गुट एन कहिंदे कमाल का जफा लग रहा है। बोरिया निचोड़िया ते रस्से पर चढ़िया कारनी चो दुध पीता और मलाई सने कढ़िया। आए हैप्पी नौजवान बहुत तगड़ा पॉइंट अपनी टीम से जोड़ दाया गुरदित्त। फरियाद करिए फरियाद आया हुआ है भरावां दे वल है। फरियाद ते मलूक कहिंदे इक दूजे दे वल है भरा भरावां 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 दे वल है। है इरादा आ मुंडे नूं फड़न दा है इरादा आ
सामने कबड्डी पै गई है जीवन इस समय कहते घर के चम्मे वाला कबड्डी पा रहा है बहुत तेज खिलाड़ी है निकी उम्र है गरीबी भी रज के हंडाई है मुंडे ने और आने वाले टाइम च बड़िया गल हो गोपी सजे खबे उत्ते थले हो गया जीवन हो गया जीवन ताड़ी मारो एक बारी वाह जीवन है जानदार है स्वाद लिया मुंडे और हाफ टाइम हो गया किन्ने किन्ने स्कोर ने मानसा और 16 पॉइंट ने चोला साहब 16 पॉइंट फतेहाबाद एक ताड़ी मारो फिर दसूंगा भी अद्धा की दा उत्ते है 16-16 अद्धा पॉइंट चोला साहब दा उत्ते है जी मान साहब अद्धा पॉइंट चोला साहब दा उत्ते एन चाचा देख ला 16:30 का मैच है ये पहला सेमी मैच है हजे तक तीर कमान में कुछ भी हो सकता है हजे तक गल जवान में कुछ भी हो सकता है कुछ भी हो सकता है महापुरुषों की तरह सोच आए भी जे कितने सरकार ढल देन अंबेसिया ढल देन महापुरुषों का सुपना है भी पाकिस्तान की टीम खिलाड़ी है क्योंकि जो भी मैं डीपी साहब ने आया ना तो महापुरुषों ने ही गल आखी है भी आप अपने एरिए संगत ने पाकिस्तान की टीम का मैच दिखाना है पर कौन सुलझावे सरकारां नूं उन्हां नूं चिर ताने वेले वजदे ही रहने हैं उन्हां चिर ताने वेले सरकारां नूं मान साहब वजदे ही रहने हैं पर महापुरशां दा सुपना है माता सरबजीत कौर जीआं दी सोच है भी जे किते सरकारां ढिल दे देण ते पाकिस्तान की टीम खिलाउणी है क्योंकि दुनिया दे स्टार तां धरती ते खेड गए है पर मेहर करे वड्डे माता जी मेहर करन भी उह सुपना जिहड़ा पूरा जल्दी हो लाओ सुनो कंग कले दी धरती दा खेड मैदान दे विच कबड्डी पाउण लई मजा आया चार गबरू तैयार ने पासे चेंज हो गया गड्डी दी लाइन वाली साइड जिहड़ी टीम है ओह चोला साहिब दी आ गई है ते दूसरे बन्ने फतेहाबाद दी खेड क्लब चली गई है लाओ सामने पॉइंट जिहड़ा है इस समय धावी हां जी जिहड़े वीर के साहब ओह आके गया भी कुछ के साहब कहंदे भी एलईडी चला दे जिहड़ा इशारा ओह थर्ड पैर वाला सीगा हां जी पिछली एलईडी बंद हो गई ओह आए सी मेरे कोले के साहब कहंदे भी कुछ जनरेटर दी तार शॉर्ट हो गई है तां करके जिहड़ा शायद पता नहीं बहाना मार गए है पता नहीं हो गई है थोड़ी जानकारी उत्थों प्राप्त कर लो कई वारी जदों कम्म वसों बाहर हो जांदा पर कोई ना कोई दा बिल आकणा ही पैंदा है मैं इक बेनती करांगा साडे भरा नूं गुस्सा ना करी ये तेरिया एलईडियां लगियां भी लेट सीगियां ते मैनूं लगदा इंद्रजीत लाइव वाले साडे भरा ने एक अपराला करके इधर ना एक चलाती सी आने वाले टाइम दे महापुरशां दी कृपा होवे इहो जिहा तमन्ना होवे बहुत बहुत धन्नवाद है साडे वीर दा आओ सामने किवें रेड उस वेले हैप्पी भी पै रही है अज फरियाद दा किवें सम्मान कीता गया है मलूक अली भी किवें पुज्जा होया है आ चिट्टी वाला किवें कब्बे सुलारा जासी है ता पेच बड़े है यारी किवें जहांगीर वाले गग्गी दे नाल है उधर राव च ढड्डर भी मुबारकां दे रिहा साडा वीर जिहड़े 1100 दी फेर पै गई मित्रो अवतार सिंह जी लवली पत्रकार सोनू प्रधान जी बहुत बड़ा सम्मान पूजा करदे आ आ रेड मल्ली साहब 1100 दी है जफी कौन लग गया मैनूं लगदा गुरदत्त किशनगढ़िए ने फेर जफा ला के बहजा बहजा करवाती है भी डीपी साहब महापुरशां दा आशीर्वाद दे किशनगढ़िए गुरदत्त दा सम्मान चिट्टी वालिया आ माझे वाला जीवन आ गया चिट्टी वालिया रतनगढ़िया सोडी प्यार गोपी प्यार हरमन जलालपुरिया प्यार है मेरे पंजाबी वीरो चारों जाफी कहते टॉप दे खड़े मारन थापियां भी तो ची लखा जवारा लाली लाओ गल्लां होण अज मां खेड कबड्डी दियां ए आओ चिट्टी वाले नूं छेड़ लिया ते आउंदा भज्जिया मुंडा इक ताड़ी होर मारो माझे वाले कबड्डी शकरपुरे वाला मुंडे दूर दूर तो सुनते हैं पर गुरलाल कित्थे टपदा है कि आर दे ते कल्ला ना भी चलना डीपी
मान साहब ध्यान रखना पैना मैच फसया होया है कि नीबू छटा वाले वाली ना हो जाए भी नौ तो कलिया मेरी ही सन पजामा कि पा गया ताबे की रोड बूटे कर गल ताबे की कबड्डी पै गया निका सुखजिंदर कहते मखी गलां वाला कनेडा तो लाइव जुड़ाया साडा वीर गोपी के जफे का सम्मान होगा लाओ ताबा सुर सिंह की धरती का ताबिया क्या सी ना आ मुंडा लवा जा तैनू थोड़ा आ मैं लगता भी जफा लगन वाला जफा लग गया मलोक मेरे पंजाबी वीर होगा बोल फकीरा अल्लाह ही अल्लाह मंगण वाली सारी दुनिया देवण वाला कला बोल फकीरा अल्लाह ही अल्लाह मुंडे कि गुजरों में कौडी खेड दे फकीर हुसैन माण है अपने पुत्रा दे उपर ये कहते सके भरा कई कौडी खेड रहे हैं ये चाचे ताया दे कई पुत कौडी खेड रहे हैं हाले तो शहजाद नहीं आया पर कहते फरियाद का बहुत आसरा है बलूक हो रहा नू शहजाद हो रहा नू क्योंकि भरा भरावां दे वल तेजा सिंह वाले पेड़ा सिद्धू कहते कौडी पै रही है मक्खन वर्गे कहते कुड़ियों ने लाई है पिछे पिछे जो फैसला होने लगा फैसला होने लगा लवी तलबाग करे वाले करखा फैसला मित्रा रेशम भी साडा पहलवान महान कबड्डी खिलाड़ी बलकारे बन वर्गे साडे वीर ने और बहुत तगड़ा मैच है कुछ गिले शिकवे ने और चंद और जफा लग गया मेरे पंजाबी वीर वाह ये नौजवान है एन सिरे दा जफा लाया लवी 500 दे दे यार लाली सिद्धू आ ले ला वीरा 500 प्रवान सिंह जी ये गोपी दे पैसे ने लाली सिद्धू प्रभ धालीवाल ते नाल जुगा सिद्धू साडा नारवे नथू चंग वाले ये गोपी दे लई मान सम्मान पैदा करदे आ बहुत बहुत धन्यवाद निक्का सुखजिंदर मक्खी गलां वाला कनेडा तो वह भी मान सम्मान पैदा करदा है जगे चिट्टी दे दो जफे 500 दे होणगे लाली सिद्धू जुगा सिद्धू प्रभ धालीवाल दर्शन सिंह जी धालीवाल का पुत्र कह रहा है भी जगे चिट्टी वाल दे दो जफे 500 दे होणगे और प्यार सत्कार नाल भी मली फैसला कर अमरीक सिंह कर गल मित्र आओ सबने कहंदे रेड पैरी दे नंबर जिहड़ा रेडर दे से जुड़दा होया हैप्पी पाओ एक कबड्डी नौजवान लो हैप्पी दी कबड्डी है मैदान विच मेरे मित्रों जगे चिट्टी वाल दे दो जफे उतले बने जग्गा आगम वाला राजा पत्री पिंड वाला श्री अमृतसर साहब की धरती तो आया नौजवान और पान जिहड़ा रेडर दे से जुड़दा होया और गुरजीत पट्टी वाला खेड रहा है गुरजीत मैनू लगता भी उत्थे बहुत बहुत जोर लगे तेरा मैच फरंदीपुरी गोपी का सीगा अज बाबे ढोले पीर की धरती से कंठे पाए गए हैं बेस्टा के सम्मान पर इतने मोटरसाइकिल दिते जा रहे हैं अज कहते भी एन सी डी डी लक्स मोटरसाइकिल पंजाब पुलिस वाले देख पिछे यार एन लिशका मारते खड़े हो कौन लगे जाऊगा समा दसो छोड़ा का गुरलाल मलूक मलूक फिर मलूक लिया मलूक फरियाद का आसरा रब वर्ग है जो तो रावण कहते मरन लगा ना उन्हें राम को एक ही गल आखी के तू विद्वान सी तेरे नालों जावे पढ़िया लिखा सी मेरे को जायदाद भी तेरे नालों जावे सी पर मैं फिर भी हार गया मैं क्यों हार गया भी मेरा भरा मेरे खिलाफ सी राम तेरे भरा तेरे वल सी क्योंकि भरावान सिर के मेले होंगे है भरावान मेले चित्रे जाते हैं लो जीवन भी कहने कबड्डी पै रही है उधर रमनदीप कौर कनेडा साड़ी छोटी बच्ची है कनेडा तो उधर भी बहुत बड़ा धन्यवाद है अवतार सिंह जी को मान है लवली पत्रकार जगबाणी खेम करन दे नां तो सोनू प्रधान साडे सत्कार दे योग ने बहुत बड़ा धन्यवाद है मान साहब मैनूं लगदा अद्धा पॉइंट ओही उत्थे ही खड़ा ला
ਲੱਗਦਾ ਕਬੱਡੀ ਦੇ ਮੈਦਾਨ ਵਿੱਚ ਐਂ ਕਹਿੰਦੇ ਵੀ ਸੈਮੀ ਮੈਚ ਹੈ ਖੇਡਿਆ ਬਹੁਤ ਤਕੜਾ ਜਾ ਰਿਹਾ ਹੈ ਉਧਰੋਂ ਬੰਨੇ ਨੈਲਾ ਭਗਿਆੜ ਚੋਗੇ ਵਾਲੀਆਂ ਤੇ ਤਾਪੇ ਨਾਲ ਟੱਕਰ ਹੋ ਗਈ ਹੈ ਆਓ ਤਾਬਾ ਕਹਿੰਦੇ ਜਦੋਂ ਗੱਲ ਚੱਲਦੀ ਨਾ ਤਾਬੇ ਦੀ ਫਿਰ ਸ਼ਿਸ਼ਰੇ ਵਾਲੀ ਇਹ ਕੱਦੀ ਦਾ ਨਾਮ ਆਓ ਪਰਜੀਤ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਹ ਆ ਪਰਜੀਤ ਕਹਿੰਦੇ ਤੋਤਾ ਸਿੰਘ ਵਾਲੇ ਪਿੰਡ ਦਾ ਡੀਪੀ ਦਾ ਕਹਿੰਦੇ ਸਿਖਾਇਆ ਹੋਇਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਡੀਪੀ ਕਹਿੰਦੇ ਗੁਰੂ ਘਰ ਦੇ ਨਾਲ ਇਹ ਦਰਬਾਰ ਦੇ ਨਾਲ ਕਹਿੰਦੇ ਸੱਚੇ ਮਨੋਂ ਜੁੜਿਆ ਹੋਇਆ ਹੈ ਉਧਰ ਕਹਿੰਦੇ ਵੀ 27 ਤਰੀਕ ਨੂੰ ਕੁਹਾੜ ਕਹਿੰਦੇ ਵਿੱਚ ਵੱਡਾ ਮੇਲਾ ਹੈ ਨਿਸ਼ਾਨ ਸਾਡਾ ਵੀਰ ਮਹਾਂਪੁਰਸ਼ਾਂ ਦੇ ਨਾਮ ਤੋਂ ਵੱਡਾ ਪਿਆਰ ਦੇ ਰਿਹਾ ਹੈ ਉਧਰ ਗਗਨਾਲ ਯੂਐਸਏ ਸਾਹਮਣੇ ਨੰਬਰ ਕਹਿੰਦੇ ਰੇਡਰ ਰਾਏ ਨੰਬਰ ਕਹਿੰਦੇ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੈਂਦੀ ਰੇਡ ਦੇ ਬੂਟੇ ਕਰ ਗਿਆ ਮੁੰਡੇ ਵੀ ਔਰ ਗਿੱਲੇ ਸ਼ਿਕਵੇ ਕੀ ਨੇ ਫਤਿਹਾਬਾਦੀ ਕੀ ਆਖ ਰਿਹਾ ਡੀਪੀ ਸਾਹਿਬ ਸੁਣੋ ਯਾਰਾ ਹਾਂਜੀ ਜਿਹੜੇ ਰੇਡਰ ਲੱਤਾਂ ਬਾਹਾਂ ਤੇ ਪਾਣੀ ਪਾ ਰਹੇ ਆ ਉਹਨੂੰ ਰੇਡ ਨਹੀਂ ਪਾਉਣ ਦਿੱਤੀ ਜਾਵੇਗੀ ਹੱਥ ਬੰਨ ਕੇ ਬੇਨਤੀ ਹੈ ਵੀ ਕੋਈ ਪਾਣੀ ਚਕਰਾਈ ਵਾਲੀ ਚੀਜ਼ ਨਾ ਲਾਓ ਬਿੱਲਿਆ ਜਮਾਂ ਚੂੜੀਆਂ ਟਾਈਟ ਹੋ ਗਈਆਂ ਐਡਾ ਤਕੜਾ ਮੈਚ ਹੈ ਮੇਰੇ ਮਿੱਤਰ ਮੈਚ ਫਸ ਗਿਆ ਜਾਫੀ ਵੀ ਸੋਚਾਂ ਚ ਮਾਝੇ ਵਾਲੇ ਰੇਡਰ ਵੀ ਸੋਚਾਂ ਚ ਪਰ ਆ ਜਿਹੜਾ ਪਾਣੀ ਆ ਚਕਨਾਈ ਵਾਲੀ ਚੀਜ਼ ਬੰਦ ਕਰ ਦਿਓ ਮੇਰੀ ਹੱਥ ਬੰਨ ਕੇ ਬੇਨਤੀ ਹੈ ਲੈ ਵੀ ਫਤਿਹਾਬਾਦੀ ਹੈ ਜੇ ਤੂੰ ਇਹਨਾਂ ਦਾ ਰੇਡਰ ਵੇਖ ਲਿਆ ਉਹਨੂੰ ਰੋਕ ਦੀ ਜੇ ਕੁਲਵੰਤ ਜੀ ਤੁਸੀਂ ਇਹਨਾਂ ਦਾ ਰੇਡਰ ਪਾਣੀ ਪਾਉਂਦਾ ਵੇਖ ਲਿਆ ਡੀਪੀ ਸਾਹਿਬ ਉਹਨੂੰ ਮੈਚ ਦੇ ਵਿੱਚ ਹੋਲਡ ਕਰ ਦਿਓ ਮੇਰੀ ਬੇਨਤੀ ਹੈ ਕੋਈ ਵੀ ਰੇਡਰ ਪਾਣੀ ਨਾ ਪਾਵੇ ਪਾਣੀ ਪੰਪ ਕਰ ਦਿਓ ਸੁੱਖਾ ਸੁੱਖੋ ਵੀ ਝੋਨੇ ਨੂੰ ਪੂਰਾ ਆ ਜਾਵੇ ਆਓ ਸਾਹਮਣੇ ਕਹਿੰਦੇ ਰੇਡ ਭਰ ਰਹੀ ਹੈ ਇਹ ਕਹਿੰਦੇ ਰੂਸੀ ਰਾਣੀ ਬਲਾ ਦੀ ਧਰਤੀ ਦਾ ਉੱਧਰ ਕਹਿੰਦੇ ਪੈਂਦੀ ਕਬੱਡੀ ਦੇ ਗੁਰਦੁਰ ਤਾਰ ਜੁੜ ਕਬੱਡੀ ਦਾ ਉਹ ਪੱਲੇ ਵੱਲੇ ਹੋ ਗਈ ਮਿੱਤਰੋ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਗੁਰਲਾਲ ਫਿਰ ਕਹਿੰਦੇ ਕਬੱਡੀ ਪਾਉਣ ਲਈ ਆ ਗਿਆ ਐਨ ਕਹਿੰਦੇ ਵੀਰ ਵੀਰ ਕੇ ਕਬੱਡੀਆਂ ਪਾ ਰਿਹਾ ਜਿੱਤ ਬੜੀ ਜ਼ਰੂਰੀ ਹੈ ਦਲਵਾਰ ਸਿੰਘ ਜਿੱਤਣਾ ਬੜਾ ਜ਼ਰੂਰੀ ਹੈ ਲਓ ਕਬੱਡੀ ਦੇ ਮੈਦਾਨ ਦੇ ਅੰਦਰ ਪੈਂਦੀ ਉਹ ਰੇਡ ਮਲੂਕ ਅਲੀ ਵੀ ਤਿਆਰ ਗੁਰਦਿੱਤ ਵੀ ਤਿਆਰ ਤੇ ਕਾਕਾ ਢੋਟਿਆਂ ਵਾਲਾ ਨਾਲ ਨੈਲਾ ਭਗਿਆੜ ਦੁਨੀਆਂ ਦਾ ਸਿਰ ਕੱਢ ਜਾਫੀ ਹੈ ਪੱਪੂ ਦਾ ਬਹੁਤ ਵੱਡਾ ਨਾਮ ਹੈ ਕੁਲਵੰਤ ਕਾਲੋਂ ਦੇ ਤਰਾਸ਼ੇ ਚੇਲੇ ਵਾਲ ਕੇ ਹੈ ਕਬੱਡੀ ਪੈ ਗਈ ਹੈ ਆਓ 16 ਵਾਲਾ ਫੇਰ 10 ਮੱਲੀ ਸਾਹਿਬ ਇਸ਼ਾਰਾ ਤੇ ਜਫਾ ਲੱਗ ਗਿਆ ਮਿੱਤਰੋ ਜਫਾ ਨੈਲੋ ਭਗਿਆੜ ਦਾ ਅਗਲੀ ਰੇਡ ਲੈ ਵੀ ਤੱਬਾ ਰੌਲਾ ਨਹੀਂ ਰੌਲਾ ਨਹੀਂ ਰੌਲਾ ਨਹੀਂ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਦੇ ਨਾਲ ਹੀ ਕਬੱਡੀ ਪਾ ਵੀ ਸਿੰਘੋ ਕਬੱਡੀ ਪਾ ਮਿੱਤਰਾ ਮੈਨੂੰ ਲੱਗਦਾ ਮਿਣਤੀ ਦੁਬਾਰਾ ਹੋਣ ਲੱਗੀ ਹੈ ਮੈਨੂੰ ਲੱਗਦਾ ਵੀ ਪਾਣੀ ਪੱਤ ਲੰਘ ਗਿਆ ਪਲਾਂ ਦੇ ਥੱਲੇ ਦੀ ਹੁਣ ਨਹੀਂ ਮੁੜਦਾ ਆਓ ਗੱਲ ਹੋ ਗਈ ਮਿੱਤਰੋ ਫੈਸਲੇ ਹੋ ਗਏ ਜੱਗੇ ਚਿੱਟੀ ਵਾਲਿਆ ਫੜ ਤਿਆਰੀ ਨੌਜਵਾਨਾਂ ਆਓ ਹਰਮਨ ਜਲਾਲਪੁਰੀਆ ਸਮਾਂ ਪੀਤਾ ਜਾ ਰਿਹਾ ਦੋ ਗੱਭਰੂ ਭਰ ਰਿਹਾ ਮੈਦਾਨ ਦੇ ਅੰਦਰ ਹਰਮਨ ਤੇ ਸਿੰਮੋ ਹਰਮਨ ਤੇ ਸਿੰਮੋ ਆਓ ਬੱਲੇ 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 ਕਬੱਡੀ ਪੈ ਰਹੀ ਹੈ ਹੁਣ ਮੰਗਣਾ ਪੈਣਾ ਲੱਗਦਾ ਲੱਗਦਾ ਤਾਬੇ ਨੂੰ ਮਿਹਨਤੀ ਮਹਿੰਗੀ ਪੈ ਗਈ ਲੱਗਦਾ ਹਾਂ ਦੇਖੀਰਾ ਕੀ ਮਰਿਆ ਮਲੀ ਸਾਹਿਬ ਪਟਵਾਰੀ ਫੜ ਲਿਆ ਮਿਹਨਤੀ ਕਾਹਦੀ ਕਰਾਉਣੀ ਪੈ ਗਈ ਤਾਬਿਆ ਪਰ ਤਾਬਾ ਵੀਰ ਹੈ ਸਾਡਾ ਲਾਓ ਸਾਹਮਣੇ ਹੈਪੀ ਦੀ ਕਬੱਡੀ ਪੈ ਰਹੀ ਹੈ ਇੱਥੇ ਮਾਤਾ ਜੀ ਦਾ ਦਰਬਾਰ ਹੈ
मल्ली साहब शराब आ रहा है, बीबी साहब पट्टी मुबारकबाद है, लो कहते गोपी बन गए चज्जा चिट्टी वाला, ओ धक्के मार के बाहर कढ़िया मुंडे ने बैठालो मेरे मित्रों पैगी रोड हटे पासे मित्रों आओ सामने हल्का जा टच पॉइंट रूसी का गुरदित जिन्ने जफे लावेगा सुखजिंदर मक्खी कलां वाला निछत्र का पुत्र साढ़े वीर आगरे भी उन्हें सौ सौ मान सम्मान कबड्डी पा रहे जोगा सिद्धू नारे प्रभ धारीदार लाली सिद्धू भी चोले वाले जिन्हे जफे लाओ पांच पांच सौ दिता जाएगा बड़े मान तो सम्मान लाली कहता मेरे है लो जीवन कहते कबड्डी पा रहा पर चिट्टी वाले को जान छड़ौड़ी औखी है दुनिया भंगड़े पा रही है जगे दी फैन है दुनिया फैन है यारां दी यार फैन है ओदियां दातां दी पर हर कबड़े में यज्ञ में भी तेरे मेरे हलाथों दे आओ कहते रूसी रेड़ पाउंड दे लई दबिया होया खेड दे मैदान दे विच मेरे भाई जी लखा पहलवान जी बिठा लो यार पता नहीं लगता सरपंच साहब पता नहीं लग रहा भी ग्राउंड विच की हुंदा मेरी बेनती है इन्हां नूं बिठा लो कृपा करके बहुत बहुत धन्यवाद रूसी राणी वलां दी धरती दा गबरो आओ सामने बलजीत आ गया कबड्डी पाउण रेडर लई आफता निक्का एक मते बलजीत रेडर लई आफता लो बलजीत कहिंदे कबड्डी पै रही है गोपी कहिंदा तेजा सिंह वाले पेड़ दा नाल कहिंदे अलको वाला इधर जग्गा कहिंदे चिट्टी वाला शराब कबड्डी दा जग्गा कहिंदे चिट्टी वाला एक तगड़े नंबर दा वादा कर गया प्लीज मेरे जगे पैसे ले ली वीरा लाली सिद्धू प्रभ धारीवाल तो जुगा सिद्धू नारवे साडे वीर ने दो जफियां दा 500 पैदा कर दिता है ये जरूर आपां मायत किसे प्राप्त करिए मैं भी सुरखपुरिया हट जरा पासे ना जांदा है देखण दे भी ताबा कबड्डी पा के भज्जिया तुरिया आउंदा है और अगले मैच दीआं टीमां खेड मैदान दे विच आ गईआं संत बाबा हजारा सिंह जी कबड्डी क्लब और गुरदासपुर ते बाबा नामदेव कबड्डी क्लब घुमाणा दी टीम दे दरमियान दूजा तगड़ा मैच खेडा जाएगा रमनदीप कौर कनेडा है बेटी अवतार सिंह जी लवली पत्रकार जगमणि खेमकर और सोनू प्रधान सरपंच धर्म सभा खेमकर उन्हें वालों बड़ा प्यार उधर कहते चिट्टी वाला जग्गा पे हैप्पी ओ हुण ढेरी है ज्यादा चार चाहिए फिर रौला निकलू मिथे करके मनते रहे उस वाहिगुरु के भाणे जिहदी कोठी दाणे उहदे कमले भी सियाणे जिहदी कोठी दाणे उहदे कमले भी सियाणे उधर कहते भी लाली सिद्धू जुगा सिद्धू प्रभ धारीवाल उहनां वल्लों 500 होर आ गया जग्गे दे लई मान साहब पॉइंट दसो जरा किन्ने किन्ने मान साहब पॉइंट दसो जरा किन्ने किन्ने भाई जी थोड़ा थोड़ा लैना तो पैर चक लिए अपा फतेहाबाद के पॉइंट ने 29 ते चोला साहब के पॉइंट ने 31 इहदे विचों श्री गुरु अर्जन देव जी स्पोर्ट्स कबड्डी क्लब चोला साहब जीत रही है।